ਪਿੰਡ ਕਰਾਈਵਾਲਾ ਦੇ ਨਾਬਾਲਗ ਵਿਦਿਆਰਥੀ ਸੁਰਿੰਦਰ ਸਿੰਘ ਜਿਸ ਦੀ ਅਗਵਾ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ 22 ਜਨਵਰੀ ਪਿੰਡ ਦੇ ਛੱਪੜ ਵਿੱਚ ਇੱਕ ਖੁਰਾਕ ਵਾਲੀ ਬੋਰੀ ਵਿੱਚ ਬੰਦ ਮਿਲੀ ਸੀ ਅਤੇ ਪਰਿਵਾਰ ਬੱਚੇ ਦਾ ਸੰਸਕਾਰ ਨਾ ਕਰਨ ਲਈ ਅੜ ਗਿਆ, ਪਰੰਤੂ ਪੁਲਿਸ ਨੇ ਹਰ ਹਾਲਤ ਵਿੱਚ 15 ਦਿਨਾਂ ਅੰਦਰ ਵਿਦਿਆਰਥੀ ਦੇ ਕਾਤਲ ਫੜੇ ਜਾਣ ਦਾ ਵਾਅਦਾ ਕੀਤਾ ਸੀ, ਪਰ ਇਸ ਦੇ ਉਲਟ ਗਿੱਦੜਬਾਹਾ ਅਤੇ ਸੀਏ ਸਟਾਫ 15 ਦਿਨਾਂ 'ਚ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਟ ਸਕਿਆ, ਸਗੋਂ ਪੁਲਿਸ ਦੀ ਕਾਰਵਾਈ 'ਤੇ ਕਰਾਈਵਾਲਾ ਦੇ ਨਾਬਾਲਗ ਨੌਜਵਾਨ ਆਕਾਸ਼ਦੀਪ ਪੁੱਤਰ ਬਿਸ਼ਨ ਸਿੰਘ ਨੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਉਕਤ ਨੌਜਵਾਨ ਨੇ ਪੱਤਰਕਾਰਾਂ ਕੋਲ ਆਪਣੀ ਦਰਦ ਭਰੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਸੁਰਿੰਦਰ ਦੇ ਵੱਡੇ ਭਾਈ ਦਾ ਉਹ ਦੋਸਤ ਸੀ ਅਤੇ ਉਹ ਸੁਰਿੰਦਰ ਨੂੰ ਆਪਣਾ ਭਰਾ ਮੰਨਦਾ ਸੀ ਅਤੇ ਜਦ ਸੁਰਿੰਦਰ ਸਿੰਘ ਲਾਪਤਾ ਸੀ ਤਾਂ ਉਸਨੇ ਪਰਿਵਾਰ ਦੀ ਹੀ ਉਸਨੇ ਮਦਦ ਕੀਤੀ ਸੀ, ਪਰ ਪੁਲਿਸ ਉਸ ਨੂੰ ਜਦ ਸੁਰਿੰਦਰ ਸਿੰਘ ਦੀ ਫੁੱਲਾਂ ਵਾਲੀ ਰਸਮ ਵਾਲੇ ਦਿਨ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਉਸਨੂੰ ਜਬਰੀ ਚੁੱਕ ਕੇ ਲੈ ਗਈ ਅਤੇ ਉਸ 'ਤੇ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਬਰੀ ਸੁਰਿੰਦਰ ਸਿੰਘ ਦਾ ਕਤਲ ਕਬੂਲ ਕਰਨ ਲਈ ਕਿਹਾ। ਜਦ ਉਹਨਾਂ ਇਸ ਤੋਂ ਇਨਕਾਰ ਕੀਤਾ ਤਾਂ ਪੁਲਿਸ ਨੇ ਉਸਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਉਸਦੇ ਗੁਪਤ ਅੰਗ 'ਤੇ ਕਰੰਟ ਵੀ ਲਾਇਆ ਅਤੇ ਅਣਮੁਖੀ ਤਸ਼ੱਦਦ ਵੀ ਕੀਤਾ ਗਿਆ। ਜਦ ਮੈਨੂੰ ਦੌਰੇ ਪੈਣ ਲੱਗੇ ਤਾਂ ਪੁਲਿਸ ਨੇ ਚੁੱਕੇ ਰਾਤ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਕਦਰ ਦਬਾਅ ਪਾਇਆ ਕਿ ਉਹ ਜਦ ਕੋਈ ਅਫਸਰ ਪੁੱਛੇ ਤਾਂ ਕਹਿ ਦੇਵੇ ਕਿ ਸੁਰਿੰਦਰ ਦਾ ਕਤਲ ਮੈਂ ਕੀਤਾ ਹੈ, ਹੋਰ ਕੁਝ ਨਾ ਬੋਲੇ। ਉਹਨਾਂ ਦੱਸਿਆ ਕਿ ਮੈਥੋਂ ਜਬਰੀ ਜ਼ੁਲਮ ਕਬੂਲ ਕਰਵਾਉਣ ਲਈ ਪੁਲਿਸ ਨੇ ਹਰ ਹੀਲਾ ਵਰਤਿਆ। ਉਹਨਾਂ ਦੱਸਿਆ ਕਿ ਜਦਕਿ ਉਸਦੇ ਨਾਲ ਫੜੇ ਗਏ ਵੱਡੇ ਘਰਾਂ ਦੇ ਵਿਅਕਤੀਆਂ ਨੂੰ ਪੁਲਿਸ ਨੇ ਹੱਥ ਨਹੀਂ ਲਾਇਆ ਅਤੇ ਨਾ ਹੀ ਉਹਨਾਂ ਸਾਹਮਣੇ ਪੁੱਛਗਿੱਛ ਕੀਤੀ ਗਈ। ਆਕਾਸ਼ਦੀਪ ਦੇ ਪਿਤਾ ਬਿਸ਼ਨ ਸਿੰਘ ਨੇ ਦੱਸਿਆ ਕਿ ਪਹਿਲਾਂ ਮੈਨੂੰ ਪੁਲਿਸ ਨੇ ਜਬਰੀ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕੀਤੀ, ਜਦ ਮੈਂ ਇਹ ਕਬੂਲ ਨਾ ਕੀਤਾ ਤਾਂ ਮੇਰੇ ਪੁੱਤ ਆਕਾਸ਼ਦੀਪ ਨੂੰ ਹਿਰਾਸਤ ਵਿੱਚ ਰੱਖ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸਦੇ ਗੁਪਤ ਅੰਗਾਂ 'ਤੇ ਕਰੰਟ ਲਾਇਆ ਗਿਆ, ਉਹ ਤੁਰਨ ਦੇ ਕਾਬਲ ਵੀ ਨਹੀਂ ਰਿਹਾ, ਇੰਨੀ ਕੁੱਟਮਾਰ ਕੀਤੀ ਗਈ। ਉਹਨਾਂ ਦੱਸਿਆ ਕਿ ਸਾਡਾ ਬੱਚਾ ਨਾਬਾਲਗ ਹੈ, ਪੁਲਿਸ ਉਸ ਨੂੰ ਡਰਾ ਕੇ ਸੁਰਿੰਦਰ ਦਾ ਕਾਤਲ ਬਣਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਦੀ ਕਾਰਵਾਈ ਖਿਲਾਫ ਅਸੀਂ ਆਪਣੇ ਭਾਈਚਾਰੇ ਨਾਲ ਗੱਲ ਕਰਕੇ ਅਗਲੇਰੀ ਕਾਰਵਾਈ ਕਰਾਂਗੇ। ਉਸ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਵੱਡੇ ਭਰਾ ਨਾਲ ਹੀ ਸੀਗੇ। ਅੱਛਾ, ਉਹ ਤੋਂ ਸਵੇਰ ਮੈਨੂੰ ਉਹਦੇ ਵੱਡੇ ਭਰਾ ਨੇ ਕਿਹਾ ਸੀਗੇ ਕਿ ਮੇਰਾ ਛੋਟਾ ਭਰਾ ਨਹੀਂ ਮਿਲਦਾ ਪਿਆ। ਉਹ ਅਸੀਂ ਘੱਗੀ ਦੇਖਣ ਗਏ ਸੀਗੇ, ਉੱਥੇ ਘੋੜਿਆਂ ਵਾਲੇ ਸੀਗੇ ਲਹਿੰਗੇ, ਅਤੇ ਉੱਥੇ ਅਸੀਂ ਪੁੱਛਤਾਛ ਕੀਤੀ ਸੀ ਅਤੇ ਫੋਨ 'ਚ ਫੋਟੋਆਂ ਵਿਖਾਈਆਂ ਸੀ ਜੀ ਵੀ ਆਹ ਬੱਚਾ ਆਇਆ ਸੀ ਕਿ ਨਹੀਂ ਇੱਧਰ। ਉੱਥੋਂ ਪਿੰਡ ਵਾਲੇ ਨੂੰ ਪੁੱਛੇ, ਪਿੰਡ ਵਾਲੇ ਕਹਿੰਦੇ ਇਹ ਲੰਮੇ ਮੁੰਡੇ ਨਾਲ ਆਇਆ ਸੀਗਾ। ਅਸੀਂ ਉੱਥੇ ਭਾਲਦੇ ਹੋ ਰਹੀ ਗੇਰਾਂ ਦੇ ਲੰਬਾ ਜਿਹਾ ਮੁੰਡਾ ਕਿਹੜਾ ਲੱਗਦਾ ਤੁਹਾਨੂੰ? ਫਿਰ ਕੱਪੜੇ ਲੈਣ ਗਏ ਸੀ ਦੋ, ਮੈਂ ਤਾਂ ਉਹਦਾ ਵੱਡਾ ਭਰਾ। ਉਹਦੀ ਪਿੰਡ 'ਚ ਉੱਥੇ ਭਾਲਦੇ ਫਰੀ ਅਨਾਊਂਸਮੈਂਟ ਵੀ ਕਰਾਈ ਸੀ ਗੁਰਦੁਆਰੇ, ਅਤੇ ਮੁੜ ਕੇ ਅਸੀਂ ਦੇਖਦੇ ਦੇਖਦੇ ਗਏ ਅੱਗੇ ਸੁਖਨੇ ਜਾਣਾ ਸੀਗੇ। ਉਹ ਕਹਿੰਦੇ ਸੀ ਸਾਰੇ ਰਾਇ ਕਰ ਲਈ ਸੀ ਅਤੇ ਸੁਖਨੇ ਜਾਂਦੇ ਅੱਧੇ ਲਿੰਗ ਪਹਿਲਾਂ ਜਾ ਰਹੇ ਸੀ, ਇੱਥੇ ਨਹਿਰਾਂ 'ਤੇ ਜਾ ਕੇ ਪੁਲਿਸ ਵਾਲੇ ਆ ਗਏ ਸੀ ਉਦੋਂ, ਅਤੇ ਉਦੋਂ ਨਿੰਗਾਂ ਨੂੰ ਉੱਥੇ ਰੋਕ ਹੀ ਲਿਆ ਸੀਗਾ ਜੀ ਪੁਲਿਸ ਵਾਲਿਆਂ ਨੇ। ਹਾਂਜੀ, ਹੁਣ ਪੁਲਿਸ ਨੇ ਕਿੰਨੇ ਦਿਨਾਂ ਤੋਂ ਤੈਨੂੰ ਫੜ ਰੱਖਿਆ ਸੀਗਾ? ਉਦੋਂ ਫੁੱਲ ਚੁੱਕੀ ਸੀ, ਉਦੋਂ ਫੁੱਲ ਹੀ ਚੁੱਕੇ ਦੇਖੇ ਮੈਨੂੰ ਦਿਨ ਕੀ ਨਾ ਯਾਦ ਰਹੇ ਸਾਨੂੰ। ਉਦਣ ਹੀ ਉਹ ਮੁੰਡੇ ਦੇ ਫੁੱਲ ਚੁੱਕੇ ਸੀਗੇ, ਅਤੇ ਉਦਣ ਦੁਪਹਿਰੇ ਲੈ ਗਏ ਸੀ ਨਾ, 3 ਵਜੇ 3 ਵਜੇ ਮੈਨੂੰ ਲੈ ਗਏ ਸੀਗੇ ਜਿੱਦਾਂ ਫੁੱਲ ਚੁੱਕੇ। ਹਾਂਜੀ। ਅੱਛਾ, ਫਿਰ ਅਤੇ ਕਿੱਥੇ ਲੈ ਕੇ ਗਏ ਪਹਿਲਾਂ? ਖਾਣੇ ਲੈ ਗਏ ਸੀ ਕਿਹੜੇ? ਗਿੱਦੜਬਾਹਾ। ਫਿਰ ਅਤੇ ਉੱਥੇ ਲਿਆ ਕੇ ਮੈਨੂੰ ਪੁੱਛਿਆ ਜੀ ਵੀ ਇਹ ਕੰਮ ਤੂੰ ਕੀਤਾ? ਮੈਂ ਕਿਹਾ ਨਾ ਸਰ ਜੀ, ਮੇਰੇ ਭਰਾ ਵਰਗਾ ਸੀਗੇ। ਅੱਛਾ, ਫਿਰ? ਅਤੇ ਮੈਂ ਕਿਹਾ ਮੇਰੇ ਭਰਾ ਵਰਗਾ ਸੀਗਾ ਜੀ। ਉਹ ਕਹਿੰਦੇ ਤੂੰ ਝੂਠ ਮਾਰਦਾ, ਅਤੇ ਮੇਰੇ ਕੱਪੜੇ ਲਵਾ ਲਏ ਸੀ ਹਰੇ, ਅਤੇ ਮੈਨੂੰ ਮੋਢਾ ਪਾ ਕੇ ਹੱਥ ਬੰਨ੍ਹ ਗਈ, ਅਤੇ ਮੇਰੇ ਤਲੰਗਾਂ 'ਤੇ ਡੰਡੇ ਵੀ ਲਾਏ ਸੀ। ਕਿਹਨੇ ਲਾਏ ਸੀ? ਉਹ ਸਾਰੇ ਸੀ ਮੋਟੇ ਜਿਹੇ ਸੀਗੇ, ਸ਼ੇਪ ਕੱਲੀ ਮੁੱਛਾਂ ਸੀ ਵੱਡੀ ਵੱਡੀ। ਗਿੱਦੜਬਾਹਾ ਪੁਲਿਸ ਵਾਲੇ ਨੇ? ਹਾਂਜੀ, ਗਿੱਦੜਬਾਹਾ ਪੁਲਿਸ ਵੀ ਸੀ, ਦੂਜੇ ਬੰਦੇ ਵੀ ਸੀ ਨਾਲ? ਅੱਧੇ ਮੁਕਤਸਰ ਦੇ ਵੀ ਸੀਗੇ ਜੀ, ਉਹ ਕਰੰਟ ਵਾਲੀ ਮਸ਼ੀਨ ਲੈ ਕੇ ਆਏ ਸੀਗੇ। ਅੱਛਾ, ਅਤੇ ਉਹਨਾਂ ਡੰਡੇ ਵੀ ਲਾਏ ਸੀ। ਮੈਂ ਕਿਹਾ ਨਹੀਂ ਸਰ ਜੀ, ਮੈਂ ਨਹੀਂ ਕਹੀ, ਅਤੇ ਬਾਅਦ 'ਚ ਮੇਰੇ ਕਰੰਟ ਲਾਈ ਗਈ। ਮੈਂ ਕਿਹਾ ਇੱਥੇ ਲਾਏ ਸੀਗੇ, ਇੱਕ ਦਰ ਇੱਥੇ ਇੱਕ ਸ਼ਾਹ ਵਾਲੇ ਥਾਂ 'ਤੇ।
ਅਤੇ ਉਹ ਲਾਈ ਗਈ, ਕਰੰਟ ਕਰੰਟ ਲਾਈ ਗਈ, ਮੈਂ ਡਰਦੇ ਨੇ ਕਹਿਤਾ ਜੀ, ਮੈਂ ਇੱਥੇ ਬਾਹ ਟੁੱਟੀ ਗਈ ਅਤੇ ਫਿਰ ਉੱਥੇ ਰੱਖਿਆ ਜੀ ਮੈਨੂੰ ਥਾਣੇ 'ਚ ਜੀ ਹਵਾਲਾ ਸੀ, ਅਤੇ ਫਿਰ ਮੈਨੂੰ ਇੱਥੇ ਦੌਰਾ ਪੈ ਗਿਆ ਸੀ ਮੈਨੂੰ ਉੱਥੇ, ਫਿਰ ਮੈਨੂੰ ਇੱਥੇ ਦਾਖਲ ਕਰਾਤਾ ਸੀ ਜੀ। ਕਿੰਨੇ ਦਿਨ ਪਹਿਲਾਂ? ਅਤੇ ਕੁੱਟਿਆ ਸੀ ਇਹਨੇ, ਦੂਜੇ ਵਿੱਚ ਫਿਰ ਮੈਨੂੰ ਇੱਥੇ ਦਾਖਲ ਕਰਾ ਦਿੰਦੇ ਸੀਗੇ ਜੀ। ਫਿਰ ਇੱਥੋਂ ਐਤਵਾਰ ਨੂੰ ਲੈ ਕੇ ਗਈ ਜੀ ਮੈਨੂੰ ਮੁਕਤਸਰ ਲੈ ਗਏ ਸੀ, ਅਤੇ ਮੈਨੂੰ ਡੈਡੀ ਨੂੰ ਅਤੇ ਇੱਕ ਬਾਬਾ ਸੀਗੇ, ਅਤੇ ਉੱਥੇ ਲਿਆ ਕੇ ਡੈਡੀ ਅਤੇ ਬਾਬਾ ਇੱਥੋਂ ਤੋਂ ਬਾਹਰ ਹੀ ਬੈਠੇ ਸੀ ਗੱਡੀ 'ਚ, ਮੈਨੂੰ ਅੰਦਰ ਲਿਆ ਕੇ ਫਿਰ ਕੁੱਟੇ। ਮੈਂ ਕੱਪੜੇ ਲਵਾ ਕੇ ਅਤੇ ਬੈਂਚ 'ਤੇ ਹੀ ਪਾ ਕੇ ਕੱਪੜੇ ਲਵਾ ਕੇ ਬਾਹਾਂ ਬੰਨ ਕੇ ਪਿੱਛੇ, ਅਤੇ ਮੈਂ ਇੱਥੇ ਚੁੰਨੀ ਰਾਤੀ ਨੱਕ 'ਚ ਪਾਣੀ ਪਾਇਆ ਸੀਗੇ, ਕਰੰਟ ਵੀ ਲਾਇਆ ਸੀ ਮੇਰੇ, ਅਤੇ ਮੈਂ ਕਰੰਟ ਹੀ ਲਾਈ ਗਈ ਮੈਨੂੰ, ਉਹ ਮੈਨੂੰ ਕਹਿੰਦੇ ਅੱਛਾ ਫਿਰ ਉਹ ਮੈਨੂੰ ਆਂਹਦੇ ਸਾਨੂੰ ਪਤਾ ਤੂੰ ਕੀਤਾ। ਮੈਂ ਕਿਹਾ ਸਰ ਜੀ ਨਹੀਂ ਜੀ, ਮੈਂ ਕਿਹਾ ਮੈਂ ਤਾਂ ਉਸ ਦਿਨ ਉਹਦੇ ਵੱਡੇ ਭਰਾ ਨਾਲ ਸੀ, ਮੈਨੂੰ ਐਂ ਕਹੀ ਗਏ ਨੇ ਤੂੰ ਕੀਤਾ, ਮੇਰੇ ਕਰੰਟ ਹੀ ਲਾਈ ਗਈ ਜੀ, ਝਟਕੇ ਲਵਾਈ ਗਈ, ਮੈਂ ਡਰਦੇ ਨੇ ਕਹਿ ਤਾ ਜੀ ਹਾਂਜੀ ਮੈਂ ਕੀਤਾ ਜੀ, ਪਰ ਝਟਕੇ ਲਵਾਈ ਗਈ ਸੀਗੀ। ਕਸ 'ਤੇ ਝਟਕੇ? ਉਹ ਮਸ਼ੀਨ ਜੀ ਸੀ ਜੀ, ਲੱਕੜੀ ਸੀ, ਇੱਕ ਤਾਰ ਇੱਥੇ ਲਾਉਂਦੀ ਸੀਗੀ ਅਤੇ ਪਿਸ਼ਾਬ ਵਾਲੀ ਥਾਂ 'ਤੇ, ਬੋਲ ਬੋਲ ਪਿਸ਼ਾਬ ਵਾਲੀ ਥਾਂ 'ਤੇ ਲਾਉਂਦੀ ਸੀ ਇੱਕ, ਮੁੜ ਕੇ ਝਟਕੇ ਲਾਉਂਦੇ ਸੀਗੇ ਜੀ, ਅਤੇ ਦੋ ਜਣਿਆਂ ਨੇ ਇੱਕ ਲੱਤ ਫੜੀ ਸੀ ਜੀ, ਅਤੇ ਦੋ ਜਣਿਆਂ ਨੇ ਇੱਧਰਲੀ ਫੜੀ ਸੀ, ਅਤੇ ਥੱਲੇ ਬਾਹ ਕੇ ਉੱਧਰ ਲੱਤਾਂ ਐਂ ਕਰੀ ਗਈ ਹੌਲੀ ਹੌਲੀ, ਲੱਤਾਂ ਖੋਲ੍ਹੀ ਗਈ। ਹਾਂਜੀ, ਅਤੇ ਮੈਂ ਡਰਦੇ ਨੇ ਕਹਿ ਦਿਆ ਕਿ ਗਈ ਉੱਤੇ, ਫਿਰ ਮੈਨੂੰ ਰਾਤ ਉੱਥੇ ਹੀ ਰੱਖਿਆ ਜੀ, ਅਤੇ ਫਿਰ ਸੁਬਹਾ ਸ਼ਾਮ ਨੂੰ ਲੈ ਕੇ ਆਏ ਸੀਗੇ ਮੈਨੂੰ ਇੱਥੇ, ਸ਼ਾਮ ਨੂੰ ਇੱਥੇ ਗਿੱਦੜ ਬਾਹਰ ਖਾਣੇ ਜੀ, ਅਤੇ ਰਾਤ ਇੱਥੇ ਰਿਹਾ ਜੀ, ਅਤੇ ਸੁਬਹਾ ਮੈਨੂੰ ਦੌਰਾ ਪੈ ਗਿਆ ਸੀਗਾ ਜੀ, ਫਿਰ ਇੱਥੇ ਲਿਆ ਕੇ ਕਰਤਾ ਜੀ। ਕਦੋਂ ਦਾਖਲ ਕੀਤਾ ਹੁਣ ਦੁਬਾਰਾ? ਉਹਦੇ ਕੱਲ੍ਹ ਸੁਬਹਾ, ਕੱਲ੍ਹ ਸੁਬਹਾ ਕੀਤਾ ਸੀ, ਕੱਲ੍ਹ ਸੁਬਹਾ ਕੀਤਾ ਸੀ। ਪਰਸੋਂ ਰਾਤ ਨੂੰ ਜਦੋਂ ਥਾਣੇ 'ਚ ਗਿੱਦੜਵਾ ਲਿਆਂਦਾ ਸੀਗਾ, ਗਿੱਦੜਵਾ ਥਾਣੇ 'ਚ ਲਿਆ ਕੇ ਕੁੱਟਮਾਰ ਕੀਤੀ ਇਹਨਾਂ ਨੇ? ਫਿਰ ਨਹੀਂ, ਇੱਥੇ ਲਿਆ ਕੇ ਨਹੀਂ ਕੀਤੀ। ਮੁਕਤਸਰ ਹੀ ਕੁੱਟੀ ਆ? ਪਹਿਲਾਂ ਮੁਕਤਸਰ, ਇੱਕ ਦਿਨ ਪਹਿਲਾਂ ਉਹਦੇ, ਇੱਕ ਦਿਨ ਇੱਥੇ ਕੀਤੀ ਸੀ, ਇੱਕ ਦਿਨ ਮੁਕਤਸਰ। ਹਾਂਜੀ, ਬੰਦੇ ਪਤਾ ਨਹੀਂ ਤੈਨੂੰ ਕਿਹੜੇ ਕਿਹੜੇ ਅਫਸਰ ਸੀ ਕੁੱਟਣ ਵਾਲੇ? ਨਾਂ ਨਹੀਂ ਪਤਾ ਜੀ। ਅੱਛਾ, ਮੈਨੂੰ ਇਹੀ ਕਹੀ ਗਈ ਵੀ ਤੂੰ ਅਫਸਰਾਂ ਕੋਲ ਇਹ ਕਹਿਣਾ ਕਿ ਤੂੰ ਕੀਤਾ ਇਹ ਕੰਮ, ਧੱਕੇ ਨਾਲ ਤੈਨੂੰ ਮਨਾਉਂਦੇ ਸੀ। ਹਾਂਜੀ, ਫਿਰ ਤੂੰ ਕੀ ਕਿਹਾ? ਮੈਂ ਕਿਹਾ ਸਰ ਜੀ ਨਹੀਂ ਜੀ, ਮੈਂ ਨਹੀਂ ਕੀਤਾ ਜੀ, ਮੈਨੂੰ ਕਹਿੰਦੇ ਫਿਰ ਕਰੰਟ ਲਾਈ ਗਈ ਸੀ ਮੈਨੂੰ, ਆਉਂਦੇ ਤੂੰ ਹੀ ਕਹਿਣਾ ਅਫਸਰਾਂ ਕੋਲ ਤੂੰ ਕੀਤਾ। ਮੈਂ ਡਰਦੇ ਨੇ ਕਹਿ ਸੀ। ਗਿੱਦੜਵਾ ਵੀ ਇੱਥੇ ਵੀ ਲਾਇਆ ਕਰੰਟ ਥਾਣੇ 'ਚ? ਹਾਂਜੀ, ਇੱਥੇ ਕੁੱਟਿਆ ਵੀ ਸੀ ਜੀ, ਕਲੰਗਾਂ 'ਤੇ ਵੀ ਡੰਡੇ ਲਾਏ ਸੀ ਜੀ, ਕਰੰਟ ਵੀ ਲਾਏ ਸੀ। ਤੈਨੂੰ ਨਹੀਂ ਪਤਾ ਉਹਨੂੰ ਕਿਹਨੇ ਮਾਰਿਆ ਉਹਨੂੰ ਮੁੰਡੇ ਨੂੰ? ਨਾ ਜੀ, ਕਿਸੇ 'ਤੇ ਕੋਈ ਸ਼ੱਕ? ਨਾ ਜੀ, ਮੈਂ ਕਿਸੇ 'ਤੇ ਸ਼ੱਕ ਨਹੀਂ ਜੀ, ਮੈਂ ਤਾਂ ਉਹਦੇ ਵੱਡੇ ਭਰਾ ਨਾਲ ਸੀ ਜੀ ਉਸ ਦਿਨ। ਜਿੱਦੇ ਤੈਨੂੰ ਲਿਆਂਦਿਆ ਉਹਦੇ ਥਾਣੇ 'ਚ ਲਿਆਂਦਾ, ਉਸ ਤੋਂ ਪਹਿਲਾਂ ਤੇਰੇ ਨਾਲ ਕੋਈ ਹੋਰ ਬੰਦੇ ਵੀ ਚੱਕੇ ਸੀ ਪੁਲਿਸ ਵਾਲਿਆਂ ਨੇ ਉਸ ਤੋਂ ਪਹਿਲਾਂ ਹੀ? ਹਾਂ, ਗੁਰਤੇਜ ਅਤੇ ਅਰਸ਼ੀ ਚੱਕੇ ਸੀ, ਅਤੇ ਇੱਕ ਬੂਟਾ ਡਾਕਟਰ ਸੀਗੇ, ਅਤੇ ਦੋ ਭਈਏ ਸੀਗੇ ਜੀ। ਅੱਛਾ, ਉਹ ਚੱਕੇ ਸੀਗੇ। ਉਹਨਾਂ ਨੂੰ ਤੇਰੇ ਸਾਹਮਣੇ ਲਿਆਂਦਾ? ਇਕੱਠੇ ਕੀਤੇ ਤੁਹਾਨੂੰ ਇੱਕ ਦੂਜੇ ਨੂੰ ਸਾਹਮਣੇ? ਅਮਨ ਨੂੰ ਸਾਹਮਣੇ ਕੀਤਾ ਉਹਨਾਂ ਨੇ ਪੁਲਿਸ ਵਾਲਿਆਂ ਨੇ? ਤੇਰੇ ਸਾਹਮਣੇ ਉਹਨਾਂ ਨੂੰ ਕੁੱਟਮਾਰ ਕੀਤੀ ਆ? ਨਾ ਨਾ ਜੀ। ਕੋਈ ਹੋਰ ਗੱਲ? ਉੱਥੇ ਦੋ ਹੋਰ ਸੀਗੇ ਜੀ, ਅਸੀਂ ਤਿੰਨ ਜਣੇ ਸੀ ਸਨ। ਦੂਜੇ ਦੋ ਹੋਰ ਪਤਾ ਨਹੀਂ, ਪਹਿਲਾਂ ਹੀ ਭਾਈ ਬੈਠੇ ਸੀ ਇਹਨੂੰ। ਤੁਹਾਡੇ ਕਰਾਈ ਵਾਲੇ ਦੀ ਸੀ ਕਿ ਹੋਰ ਦੀ ਸੀ? ਇਸੇ ਪਾਸੇ ਦੀ? ਨਹੀਂ, ਆਸੇ ਪਾਸੇ। ਇਸੇ ਕੇਸ ਨਾਲ ਸੀ ਕਿ ਹੋਰ ਕੇਸ ਨਾਲ ਸੀ? ਹੋਰ ਕੇਸ। ਸੋ ਇਹ ਜਿਹੜਾ ਆਕਾਸ਼ ਦੀ ਬੱਚਾ ਹੈ, ਕਿਦੋਂ ਐਡਮਿਟ ਹੋਇਆ ਜੀ? ਇਹ ਕੱਲ੍ਹ 11 ਕੁ ਵਜੇ ਦੇ ਕਰੀਬ ਐਡਮਿਟ ਹੋਇਆ ਜੀ, ਅਤੇ ਇਹਨੂੰ ਪੁਲਿਸ ਵਾਲੇ ਲੈ ਕੇ ਆਏ ਸੀਗੇ। ਇਹ ਪੇਸ਼ੈਂਟ ਹੈ, ਇਹਨੂੰ ਦੌਰਿਆਂ ਦੀ ਬਿਮਾਰੀ ਹੈ, ਇਹਦਾ ਦੌਰਿਆਂ ਦਾ ਇਲਾਜ ਚੱਲ ਰਿਹਾ। ਕੱਲ੍ਹ ਲੈ ਕੇ ਆਏ ਸੀਗੇ, ਇਹਨੂੰ ਕਮਜ਼ੋਰੀ ਹੈ, ਭੁੱਖ ਵਗੈਰਾ ਨਹੀਂ ਲੱਗਦੀ, ਉਹਦੇ ਵਾਸਤੇ ਮੈਂ ਜਨਰਲ ਟ੍ਰੀਟਮੈਂਟ ਵਾਸਤੇ ਇਹਨੂੰ ਦਾਖਲ ਕੀਤਾ ਸੀਗਾ। ਕੀ ਪੁਜੀਸ਼ਨ ਹੈ ਬੱਚੇ ਦੀ? ਪੁਜੀਸ਼ਨ ਜਦੋਂ ਦਾਖਲ ਹੋਇਆ ਸੀ ਉਸ ਟਾਈਮ ਤਾਂ ਇਹਨੇ ਮੈਨੂੰ ਦੱਸਿਆ ਕਿ ਸਿਰਫ ਜਨਰਲ ਵੀਕਨੈਸ ਹੈ, ਮੈਨੂੰ ਚੱਕਰ ਵਗੈਰਾ ਆਉਂਦੇ ਆ, ਪਰ ਬਾਅਦ ਵਿੱਚ ਜਦੋਂ ਮੈਂ ਵਾਰਡ 'ਚ ਰਾਊਂਡ ਵਗੈਰਾ ਕੀਤਾ ਤਾਂ ਇਹਨੂੰ ਦੱਸਿਆ ਕਿ ਇਹਦੇ ਨਾਲ ਕੁੱਟਮਾਰ ਹੋਈ ਹੈ ਜੀ। ਕਿਹਨੇ ਕੀਤੀ ਹੈ ਜੀ? ਕੋਈ ਦੱਸਦਾ ਸੀ ਕਿ ਪੁਲਿਸ ਵਾਲਿਆਂ ਨੇ ਕੀਤੀ। ਇਹ ਪਹਿਲਾਂ ਵੀ ਐਡਮਿਟ ਹੋਇਆ ਜੀ? ਪਹਿਲਾਂ ਵੀ ਐਡਮਿਟ ਹੋਇਆ ਸੀ ਦੋ ਜੀ, ਪਿਛਲੇ ਹਫ਼ਤੇ 3-4 ਦਿਨ ਪਹਿਲਾਂ ਹੋਇਆ ਸੀ ਜੀ, ਯਾਦ ਤਾਂ ਨਹੀਂ। ਉਦੋਂ ਵੀ ਇਹ ਲੈ ਕੇ ਆਏ ਸੀ ਪੁਲਿਸ ਵਾਲੇ, ਜਨਰਲ ਵੀਕਨੈਸ ਕਰਕੇ ਐਡਮਿਟ ਹੋਇਆ ਸੀ ਘਰ ਵਾਲੇ ਆਏ ਸੀ। ਪੁਲਿਸ ਵਾਲੇ ਸੀ ਕਿ ਘਰ ਵਾਲੇ? ਮੇਰੇ ਘਰ ਵਾਲੇ ਸੀ ਜੀ।
ਉਦੋਂ ਕੀ ਸੀ ਜੀ? ਉਦੋਂ ਵੀ ਦੌਰਿਆਂ ਦੀ ਬਿਮਾਰੀ ਸੀ, ਉਹਨੂੰ ਦੌਰਾ ਪਿਆ ਸੀ ਜੀ, ਉਹਦੇ ਇਲਾਜ ਵਾਸਤੇ ਮੈਂ ਦਾਖਲ ਕੀਤਾ ਸੀ। ਹੁਣ ਤੁਸੀਂ ਇਹਨੂੰ ਡਿਸਚਾਰਜ ਕੀਤਾ ਕਿ ਹਜੇ ਐਡਮਿਟ ਹੀ ਹੈ? ਹਾਂ ਨਹੀਂ, ਹਜੇ ਐਡਮਿਟ ਹੀ ਹੈ ਜੀ। ਜਿਹੜੇ ਕਹਿ ਰਿਹਾ ਬੱਚਾ ਵੀ ਮੇਰੇ ਚੱਡੇ ਪਾੜੇ, ਮੇਰੀਆਂ ਲੱਤਾਂ ਖਿੱਚੀਆਂ, ਮੇਰੇ ਤਲੀਆਂ ਕੁੱਟੀਆਂ, ਕਹਿੰਦਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਪੱਟਾਂ ਦੇ ਵਿੱਚ ਇਹਦੇ ਬਹੁਤ ਜ਼ਿਆਦਾ ਦਰਦ ਹੈ, ਇਹਦੇ ਬਾਰੇ ਕੋਈ ਟ੍ਰੀਟਮੈਂਟ ਦਿੱਤਾ? ਹਾਂ, ਇਹਦੇ ਬਾਰੇ ਇੰਜੈਕਸ਼ਨ ਅਸੀਂ ਲਾਏ ਆ, ਇੰਜੈਕਸ਼ਨ ਲਾਏ ਆ, ਦਰਦ ਵਗੈਰਾ ਦੇ ਇੰਜੈਕਸ਼ਨ ਲਾਏ ਆ, ਪਰ ਕੋਈ ਐਕਸਟਰਨਲ ਇੰਜਰੀ ਤਾਂ ਹੈ ਨਹੀਂ ਕਿ ਜਿਹੜੇ ਅੰਦਰਲੀਆਂ ਸੱਟਾਂ ਹੈਗੀਆਂ ਉਹਦੇ ਵਾਸਤੇ ਜੇ ਅਸੀਂ ਐਕਸਰੇ ਵਗੈਰਾ ਕਰਾਵਾਂ। ਇਹਦੀ ਲਿੰਗ ਦੇ ਉੱਪਰ ਵੀ ਕਰੰਟ ਲਾਇਆ ਨਿਸ਼ਾਨ ਵੀ ਹੈਗੇ ਆ, ਉਹ ਤੁਸੀਂ ਚੈੱਕ ਕੀਤੇ ਡਾਕਟਰ ਸਾਹਿਬ? ਨਹੀਂ, ਕੋਈ ਅਜਿਹਾ ਨਿਸ਼ਾਨ ਨਹੀਂ ਮਿਲਿਆ ਜੀ। ਕਿੱਥੋਂ ਦਾ ਰਹਿਣ ਵਾਲਾ ਜੀ? ਕੀ ਮਾਮਲਾ ਤੁਹਾਡਾ ਬੇਟਾ ਉਹਦੇ ਦਾਖਲ ਆ? ਦੌਰੇ ਭੱਜੇ ਜੀ ਪਹਿਲਾਂ। ਪਹਿਲਾਂ ਤੁਸੀਂ ਕਹਿੰਦੇ ਸੀ ਦੌਰੇ? ਹੁਣ ਅੱਛਾ, ਫਿਰ ਹਾਂਜੀ, ਕੀ ਨਾਂ ਜੀ? ਕੀ ਮਾਮਲਾ ਜੀ? ਬੱਚੇ ਨੂੰ ਦਾਖਲ ਕਰਾਇਆ? ਦੌਰਾ ਪੈਂਦਾ ਜੀ ਪਹਿਲਾਂ। ਅੱਛਾ, ਫਿਰ ਹੈ ਅੱਜ ਦਾ ਮੁੰਡਾ ਮਰਿਆ ਸੀ ਜੀ, ਉਸ ਕੇਸ 'ਚ ਗਿਆ ਜੀ। ਕਿਹੜਾ ਮੁੰਡਾ ਮਰਿਆ ਸੀ? ਇੱਥੇ ਵਰਗੇ ਪਤਾ ਦਾ ਪਿੰਡ ਕਰਾਈ ਵਾਲੇ। ਫਿਰ ਵੀ ਇਹਨੂੰ ਹੁਣ ਟੋਰਚਰ ਕੀਤਾ ਗਿਆ? ਅੱਛਾ, ਕੁੱਟਮਾਰ ਕੀਤੀ ਪਹਿਲਾਂ ਮੇਰੇ ਨੂੰ ਕੀਤਾ ਜੀ, ਤੁਹਾਨੂੰ ਪਹਿਲਾਂ। ਕਿਹੜੇ ਦਿਨ ਕੀਤਾ ਸੀ ਤੁਹਾਨੂੰ? ਮੈਨੂੰ ਜੀ ਲਿਆਏ ਸ਼ੁੱਕਰਵਾਰ ਲੈ ਕੇ ਆਏ ਸੀ। ਕਿਹੜੇ ਸ਼ੁੱਕਰਵਾਰ? ਉਹ ਪਿਛਲੇ ਸ਼ੁੱਕਰਵਾਰ ਜੀ, ਉਹ 12-13 ਦਿਨ ਹੋ ਗਏ। ਠੀਕ ਹੈ, ਫਿਰ ਕਿੱਥੇ ਲੈ ਕੇ ਆਏ ਸੀ? ਮੈਨੂੰ ਕਿੱਧਰ ਵੀ ਗਿੱਦੜ ਬੱਕੀ ਨੇ ਕੁੱਟਿਆ ਸੀ? ਉਹ DSP ਜੀ ਮੇਰਾ ਮੁਕਤਸਰ ਦਾ ਜੀ, ਉਹਨਾਂ ਦਾ। ਉਹਨਾਂ ਨੂੰ ਕਈ ਜਣੇ ਸੀ, ਉਹ ਵਾਹਵਾ ਜਣੇ ਸੀ। ਫਿਰ ਕੁੱਟ ਕੇ ਮੈਨੂੰ ਪੁੱਛਦੇ ਸੀਗੇ ਕੀ ਗੱਲਬਾਤ, ਮੈਂ ਹੀ ਮੈਨੂੰ ਪਤਾ ਹੀ ਨਹੀਂ ਕਿਸੇ ਨੂੰ ਕਰਨ ਦਾ ਜੀ, ਮਤਲਬ ਦਿਹਾੜੀਦਾਰ ਬੰਦਾ, ਕੰਮ 'ਤੇ ਗਿਆ ਸੀ, ਆ ਕੇ ਪੈ ਗਿਆ। ਦੂਜੇ ਦਿਨ ਪਤਾ ਲੱਗਿਆ ਮੈਨੂੰ ਤਾਂ ਮੁੰਡੇ ਦਾ ਵੀ। ਅੱਛਾ, ਇਹਨੂੰ ਮੇਰਾ ਇੱਕ ਦਿਨ ਪਹਿਲਾਂ ਲੈ ਕੇ ਆਏ ਤੇਰੇ ਤੋਂ ਵੀ? ਮੇਰੇ ਤੋਂ ਤੁਹਾਨੂੰ ਪਹਿਲਾਂ ਲੈ ਕੇ ਆਏ? ਅੱਛਾ, ਫਿਰ ਲਿਆ ਕੇ ਦੂਜੇ ਦਿਨ ਮੈਨੂੰ ਵੀ ਲੈ ਕੇ ਆਏ ਗੇ? ਦੂਜੇ ਦਿਨ ਮੈਨੂੰ ਗਏ। ਮੁੰਡੇ ਨੂੰ ਕੀ ਕੀਤਾ? ਮੁੰਡੇ ਕੁੱਟਿਆ ਕੱਟਿਆ ਬਹੁਤ। ਮੁੰਡੇ ਨੂੰ ਤੁਹਾਡੇ ਨੇ ਕੁਛ ਕੀਤਾ ਵੀ ਹੈ? ਨਾ ਜੀ, ਨਾ ਗੱਲ ਹੀ ਹੋਈ। ਤੁਸੀਂ ਕੁੱਟਣ ਕਿਉਂ ਦਿੱਤਾ ਇੰਨਾ? ਨਹੀਂ, ਤੁਸੀਂ ਮੈਨੂੰ ਕਿਹੜਾ ਮੇਰੇ ਪਾਸੇ ਲੈ ਜਾਂਦੇ ਸੀ, ਮੈਨੂੰ ਕਿਹੜਾ ਕੋਲੀਆਂ ਲਾ ਦੇ? ਹੁਣ ਤੁਸੀਂ ਕੀ ਕਾਰਵਾਈ ਕਰੇਂਗੇ ਜਦੋਂ ਤੁਹਾਡਾ ਮੁੰਡਾ ਨਿਰਦੋਸ਼ ਆ, ਪੁਲਿਸ ਨੇ ਤੁਹਾਡੇ 'ਤੇ ਕੋਈ ਪਰਚਾ ਨਹੀਂ ਕੀਤਾ? ਨਾ ਜੀ, ਬਿਨਾਂ ਪਰਚੇ ਕੀਤੇ ਤੁਹਾਨੂੰ ਕੁੱਟਮਾਰ ਕੀਤੀ ਆ, ਤੁਸੀਂ ਉਹਦੇ 'ਤੇ ਕੀ ਕਾਰਵਾਈ ਕਰਨਾ ਚਾਹੁੰਦੇ ਹੋ? ਹੁਣ ਜੀ ਆਉਣਗੇ ਬੰਦੇ, ਪਿੰਡ ਆਉਂਦੇ ਹੈਗੇ। ਕਰਾਈ ਵਾਲਿਆਂ ਦੇ ਜਿਹੜਾ ਲੜਕਾ ਹੈਗਾ ਹੋਸਪਿਟਲ ਦਾਖਲ ਹੈਗਾ, ਉਹਨਾਂ ਦਾ ਕਿਹੜਾ ਹੈ ਵੀ ਪੁਲਿਸ ਵੱਲੋਂ ਜਿਹੜਾ 30 ਟੋਰਚਰ ਕੀਤਾ ਗਿਆ ਉਹਨਾਂ? ਜਿਹੜਾ ਲੜਕਾ ਹੋਸਪਿਟਲ ਦੇ ਵਿੱਚ ਐਡਮਿਟ ਆ, ਇਹ ਜਿਹੜੇ ਲੜਕੇ ਦੀ ਦਾ ਮਰਡਰ ਹੋਇਆ ਸੀ, ਉਹਦੇ ਭਰਾ ਦਾ ਦੋਸਤ ਅਤੇ ਉਹਦਾ ਵੀ ਦੋਸਤ ਸੀ। ਅਤੇ ਸਾਨੂੰ ਜਿਹੜਾ ਮੇਨ ਚੀਜ਼ ਹੈ ਕਿ ਲਾਸਟ ਜਿਹੜੇ ਟਾਈਮ ਕਿੰਨੇ ਵੇਖਿਆ ਇਹਨੂੰ ਕਿਸ ਤਰੀਕੇ ਨਾਲ, ਉਸ ਤਰੀਕੇ ਨਾਲ ਹੀ ਜਿਹੜਾ SHO ਨੇ ਇਨਵੈਸਟੀਗੇਸ਼ਨ, ਸਿਰਫ ਇਨਵੈਸਟੀਗੇਸ਼ਨ ਦੇ ਪਾਰਟ ਵਾਸਤੇ ਇਹਨੂੰ ਲੈ ਕੇ ਆਇਆ। ਅਦਰਵਾਈਜ਼ ਕੋਈ ਕੁੱਟਮਾਰ ਦਾ ਮਾਮਲਾ ਸਾਹਮਣੇ ਨਹੀਂ ਆਇਆ। ਜੋ ਵੀ ਐਲੀਗੇਸ਼ਨ ਨੇ, ਮੈਂ ਇਹਨੂੰ ਝੂਠਾ ਕਹੂੰਗਾ। ਸੋਨੀ ਡੱਲਾ, ਦਿਵਿਆ ਪੰਜਾਬ TV, ਗਿੱਦੜਬਾਹਾ।